ਸੁਣਿਆ ਆਪਣੇ ਭੂਪਨ ਬੋਧ ਸੁਬੋਧ ਨਹੀਂ ਅਤ ਕੌਤਕ ਮਾਹੇ ਰਹੇ ਲਪਟਾਏ ਬੋਧ ਬਿਨਾਂ ਜਗ ਮੁੱਖ ਕਹਾਂ ਇਮ ਸੰਤ ਸਭੈ ਮੁੱਖ ਬੇਦ ਅਲਾਏ। ਰਾਜਿਆਂ ਨੂੰ ਵੀ ਗਿਆਨ ਹੈ, ਵਿਸ਼ਈ ਲੋਕਾਂ ਨੂੰ ਵੀ ਗਿਆਨ ਹੈ, ਕਾਮੀਆਂ ਨੂੰ ਵੀ ਗਿਆਨ ਹੈ, ਕ੍ਰੋਧੀਆਂ ਨੂੰ ਵੀ, ਲੋਭੀਆਂ ਨੂੰ ਵੀ, ਮੋਹ ਭਰੇ ਜੀਵਨ ਵਾਲਿਆਂ ਨੂੰ ਵੀ ਗਿਆਨ ਤਾਂ ਹੈ, ਪਰ ਬ੍ਰਹਮ ਗਿਆਨ ਨਹੀਂ ਹੈ। ਬ੍ਰਹਮ ਗਿਆਨ ਨਹੀਂ, ਕਿਉਂ ਨਹੀਂ? ਇਹਨਾਂ ਨੂੰ ਬਾਕੀ ਬੋਧ ਹੈ। ਅਤ ਕੌਤਕ ਮਾਹੇ, ਇਹ ਰਸਾਂ ਕਸਾਂ ਵਿੱਚ, ਕੌਤਕਾਂ 'ਚ, ਰੰਗ ਤਮਾਸ਼ਿਆਂ ਵਿੱਚ ਰਚੇ ਹੋਏ ਨੇ, ਇਹ ਬ੍ਰਹਮ ਗਿਆਨ ਵੱਲ ਥੋੜ੍ਹੋ ਤੁਰੇ ਨੇ। ਇਹ ਤਾਂ ਸੱਭਿਆਚਾਰਕ ਜਿਵੇਂ ਮੇਲੇ ਲੱਗਦੇ ਨੇ, ਆਹ ਹਾ 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 ਬੜਾ ਕੁਛ ਆ ਦੇਖਿਆ, ਇਹਨਾਂ ਦਾ ਜਾਪ ਤਪ ਪੁੰਨ ਪੂਜਾ ਆਦਿਕ ਸਭ ਖਤਮ ਹੋ ਜਾਂਦਾ ਹੈ, ਇਹ ਮਤ ਸਮਝਣ ਪਈ ਉਹਨਾਂ ਦੇ ਪੱਲੇ ਰਹਿੰਦੇ ਕੁਛ। ਇੱਕੋ ਹੀ ਨਾਟਕ ਚਾਟਕ ਜਿੱਥੇ ਕਰਮ ਕੁਕਾਜਾਂ ਵਾਲੇ ਹੋ ਰਹੇ ਨੇ, ਕਰਦੇ ਨੇ ਲੋਕ, ਉਹਨਾਂ ਤੋਂ ਤਾਂ ਹੀ ਕੰਨਾਂ ਤੋਂ ਵੀ ਸੁਣੋ ਨਾ ਮਤੇ, ਇਹਨਾਂ ਤੋਂ ਵਿਚਾਰ ਰੱਖੋ। ਇਹ ਨਹੀਂ ਜੀ, ਬੱਚੇ ਵਿਗੜ ਗਏ, ਬੱਚੇ ਵਿਗੜ ਗਏ, ਕਿੰਨਿਆਂ ਕੋ ਨੂੰ ਸਮਝਾਈ ਜਾਵੇ ਕਿ ਤੁਹਾਡੇ ਕੋਲ ਬੱਚੇ ਵਿਗਾੜਨ ਵਾਲਾ ਟੈਲੀਵਿਜ਼ਨ ਰੇਡੀਓ ਤੁਹਾਡੇ ਘਰੀ ਨੇ, ਇਹਨਾਂ ਨੇ ਛੋਟੇ ਛੋਟੇ ਬੱਚੇ ਨਹੀਂ ਤੁਹਾਡੇ ਲੋਟ ਆ ਰਹੇ ਹੁਣ, ਇਹ ਮਨ ਵੀ ਬੱਚਾ ਹੀ ਹੈ, ਇਹ ਮਨ ਤੁਹਾਡਾ ਕਿਵੇਂ ਟਿਕ ਜੂ ਜਾਂ ਬੱਚੇ ਹੀ ਨਹੀਂ ਲੋਟ ਆ ਰਹੇ, ਕਿਉਂ ਨਹੀਂ ਆ ਰਹੇ? ਕੌਤਕ ਕੋਡ ਤਮਾਸ਼ਿਆ ਚਿੱਤ ਨਾਭ ਸੁਣਾ, ਨਾਨਕ ਕੋੜੀ ਨਰਕ ਬਰਾਬੇ। ਕੋੜੀ ਕਿੰਨੀਆਂ ਵਸਤੂਆਂ ਦੀ ਹੁੰਦੀ ਹੈ? ਕੋੜੀ ਦਰਜਨ, ਜਿਵੇਂ 12 ਚੀਜ਼ਾਂ ਦੀ ਹੈ, ਅੱਜ ਤਾਂ ਕੋੜੀਆਂ ਦਾ ਗਿਣਤੀ ਵੀ ਨਹੀਂ ਹਿਸਾਬ ਕਿਤਾਬ। ਕੋੜੀਆਂ ਦੀ ਪ੍ਰਥਾ, ਕੋੜੀਆਂ ਲੱਗ ਜਾਣ, 20-20 ਚੀਜ਼ਾਂ ਦੀ ਕੋੜੀ ਜੀ, ਉਹ ਜਗ੍ਹਾ ਇੰਨੇ ਨਰਕਾਂ ਦਾ, 20 ਨਰਕਾਂ ਦਾ ਥਾਂ ਬਣ ਜਾਂਦੀ ਹੈ ਉਜੜ ਸੋਈ ਥੋਂ। ਦਰਜਣਾਂ ਤੋਂ ਵੀ 2 ਦਰਜਣਾਂ ਦਾ ਨੇੜੇ ਚਲੇ ਗਏ ਕੰਮ ਤੋ। ਇੰਨਾ ਕੌਤਕ ਕੋੜ ਤਮਾਸ਼ਿਆ, ਜਿੱਥੇ ਰੰਗ ਤਮਾਸ਼ੇ ਬੇਸਵਾ ਦੇ ਗਾਇਨ ਹੋ ਰਹੇ ਨੇ, ਉਹਨਾਂ ਨੇ ਕੀ ਕਰਨਾ? ਹਰ ਕੀ ਕਥਾ ਕੀ ਰੁਚੀ ਨਾ, ਜਿਨ ਕੋ ਜਿਨ ਕੋ ਜਿਨ ਕੋ, ਉਹ ਕੀ ਕਰਦੇ ਨੇ? ਇੱਕ ਨਾਰ ਕੁਨਾਰ ਬੁਲਾਵਤ ਹੈ, ਇਸਤਰੀ ਵੀ ਬੀਬੀਆਂ ਭੈਣਾਂ ਤਾਂ ਬੈਠੀਆਂ ਨੇ, ਕੁਨਾਰ ਨਾਰ ਦੀ ਵਜੇ ਕੁਨਾਰ ਉਲਟੀ ਬੇਸਵਾ ਨੂੰ, ਬਸਤਰ ਉਹਦੇ ਵੀ ਪਏ ਨੇ, ਜੀਵਨ ਉਹਦਾ ਵੀ, ਇਸਤਰੀ ਹੈ ਉਹ ਵੀ, ਮਾਈ ਭਾਗੋ ਥੋੜ੍ਹੋ ਬਣ ਗਈ, ਮਾਈ ਜਿਉਣੀ ਦਾਸ ਥੋੜ੍ਹੋ ਬਣ ਜੂਗੀ, ਉਹ ਮਾਤਾ ਗੁਜਰੀ ਜੀ ਥੋੜ੍ਹੋ ਬਣ ਜੂ, ਮਾਤਾ ਸਾਹਿਬ ਦੇਵਾਂ ਥੋੜ੍ਹੋ ਕਹਿ ਦਿਆਂਗੇ ਉਹਨੂੰ। ਇੱਕ ਨਾਰ ਕੁਨਾਰ ਬੁਲਾਵਤ ਹੈ ਔਰ ਨਿਚਾਵਤ ਹੈ, ਦਿਨ ਕੋ ਰਿਨ ਕੋ, ਰਿਨ ਰਾਤ ਨੂੰ ਵੀ ਅਖਾੜਾ ਲਵਾ ਲੈਂਦੇ ਨੇ, ਆਹਾ ਹਾ ਹਾ ਬੜਾ ਅਖਾੜਾ ਲੱਗਿਆ, ਬੜਾ ਬੋਲ ਸੋਹਣਾ, ਬੜੇ ਸਾਜ, ਬਸ ਜੀ ਠੀਕ ਹੈ। ਔਰ ਉੱਥੇ ਵੀ ਸਾਜ ਉੱਥੇ ਵੀ ਵੱਜਦੇ ਨੇ, ਮਰਦੰਕ ਹੈ, ਮਰਦੰਕ ਹੈ, ਤਿਰਗ ਹੈ, ਆ ਮਰਦੰਗ ਇੱਥੇ ਹੀ ਵੱਜਦਾ, ਦੇਖੇ ਨਾ ਗਤਾਂ ਵੱਜਦੀਆਂ, ਗਤਾਂ ਬੋਲਣ ਨਾਲ ਦੀ, ਉੱਥੇ ਉਹਨਾਂ ਨੇ ਆਵਾਜ਼ ਉਹ ਬਣਾ ਲਈ, ਤਿਰਗ ਹੈ, ਤਿਰਗ ਹੈ, ਤਿਰਗ ਹੈ, 2-2 3-3 ਤਿਰਗਟ ਦਿਨਾ ਭਾ ਦੀਨਾ, ਐਸੇ ਗਤਾਂ ਵੱਜਦੀਆਂ ਨੇ, ਤਿਰਗ ਹੈ ਕਹਿੰਦੇ ਕਿਉਂ? ਅਖੜਤਾਲ ਕਹੇ, ਔਰ ਪਿੱਛੇ ਨੇ ਕੰਸ਼ੀਆਂ, ਖੜਤਾਲ ਮੋਹਣੀ ਰੂਪ, ਆ ਜੋ ਮੋਹਣੀ ਵਾਲਾ ਆਇਆ ਨਹੀਂ ਹੈ, ਖੜਤਾਲਾਂ ਕੰਸ਼ੇ 6 ਤਾਲ ਤੱਕ ਵੱਜ ਜੇ ਜਿਹੜੀ ਖੜਤਾਲ, ਖੜਤਾਲ ਉਸਨੂੰ ਕਹਿੰਦੇ ਨੇ, ਆਮ ਖੜਤਾਲਾਂ ਵੀ, ਖੜਕਾ ਕਰਨ ਵਾਲੀਆਂ ਤਾਲਾਂ, ਖੜਤਾਲ ਕਹੇ ਕਿਨ ਕੋ, ਕਿਨ ਕੋ, ਉਹਨਾਂ ਦੀ ਆਵਾਜ਼ ਐ ਮਾਰਦੇ ਨੇ ਕੰਸ਼ੇ ਜਵੇ, ਕਿਨ ਕੋ, ਹੇ ਮਰਦੰਗ ਤੂੰ ਕਿਹਨੂੰ ਕਹਿੰਦੇ? ਤਿਰਗ ਹੈ, ਤਿਰਗ ਹੈ, ਕਿਨ ਕੋ, ਕਿਨ ਕੋ, ਕਿਨ ਕੋ, ਤਬ ਹੱਥ ਉਠਾਏ ਕਹੇ ਗਨਕਾ, ਜਿਹੜੀ ਨੱਚਦੀ ਸੀ ਉਹ ਕਹਿੰਦੀ ਇਨ ਕੋ, ਇਨ ਕੋ, ਇਨ ਕੋ, ਜਿਹੜੇ ਮੇਰੇ ਗੰਦੇ ਗੀਤ ਸੁਣ ਰਹੇ ਨੇ,
ਮੇਰੇ ਵੱਲ ਤੱਕ ਤੱਕ ਕੇ ਖੁਸ਼ ਹੁੰਦੇ ਨੇ, ਚੱਕ ਲੈ ਨੋਟ, ਚੱਕ ਲੈ ਮਾਇਆ, ਚੱਕ ਲੈ। ਉਹ ਤਾਂ ਵਿਕੇ ਪਏ ਨੇ, ਵਿਕੇ ਪਏ ਨੇ, ਤਿਰ ਗਏ। ਗਿਆਨ ਉਹਨਾਂ ਨੂੰ ਨਹੀਂ ਹੈ। ਕਿੰਨਾ ਫਰਕ ਹੈ, ਕੌਤਕ ਕੋਡ ਤਮਾਸ਼ਿਆ ਉਹਨਾਂ ਚ ਕੀ ਹੈ। ਚਿੱਤ ਨਾ ਆਪ ਸੁਣਾਓ, ਨਾਨਕ ਕੋੜੀ ਨਰਕ ਬਰਾਬਰ। ਕਿੰਨੇ ਨਰਕ ਬਣ ਗਏ, ਕੋੜੀਆਂ ਲੱਗ ਗਈਆਂ, ਕੋੜੀਆਂ ਸ਼ਾਹੂਕਾਰਾਂ ਨੂੰ ਪਤਾ। ਹੁਣ ਪੁਰਾਣਾ ਹਿਸਾਬ ਨਹੀਂ ਰਿਹਾ। ਉੱਜੜ ਸੋਈ ਥੋਂ ਉਹ ਸਤਿਕਾਰਯੋਗ, ਪੂਜਣ ਯੋਗ, ਨਮਸਕਾਰ, ਮੱਥਾ ਟੇਕਣ ਯੋਗ, ਫਲਦਾਇਕ ਯੋਗ ਨਹੀਂ ਰਿਹਾ। ਉਹ ਤਾਂ ਉਜਾੜ ਬਣ ਗਿਆ ਥਾਂ। ਇੱਥੇ ਕਿੰਨਾ ਫਰਕ ਹੈ, ਸਾਜ ਉੱਥੇ ਵੀ ਵੱਜਦੇ ਨੇ ਪਰ ਮਹਾਂਪੁਰਸ਼